ਪੁੱਤਰ ਦੇ ਮੈਦਾਨ ਦੇ ਵਿੱਚ ਚਾਰ ਜਾਸੀ ਨੇ ਹੋਰੇ ਚੱਕਰ ਦੀ ਧਰਤੀ ਦੇ ਮੇਰੇ ਵੀਰ ਕਿਹੜਾ ਗੱਭਰੂ ਮੇਰੇ ਵੀਰੋ ਚੱਕਰ ਵਾਲਾ ਕਰਦਾ ਹੈ ਟਰਾਈ ਜਿੱਥੋਂ ਦੇ ਅਜਮੇਰ ਸਿੰਘ ਜੀ ਬੁਲਾਤੀ ਆ ਮੇਰੇ ਵੀਰੋ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹੈ ਤੇ ਸਮਾਜ ਦੇ ਵਿੱਚ ਬੜੇ ਸੋਹਣੇ ਕੰਮ ਕੀਤੇ ਹੈ ਜਿਹਨਾਂ ਨੇ ਵਧੀਆ ਕੰਮ ਕੀਤੇ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਉਸੇ ਨਗਰ ਦੀ ਟੀਮ ਜਿਹੜੀ ਤਕੜਾ ਪ੍ਰਦਰਸ਼ਨ ਕਰ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਲੈ ਸਾਹਮਣੇ ਚੱਕਰ ਦੀ ਧਰਤੀ ਦਾ ਆ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਤੇ ਮੁਕਾਬਲਾ ਜਿਹੜਾ ਸੁਖੇ ਦੇ ਨਾਲ ਹੈ ਤੇ ਪੈਰ ਜਿਹੜਾ ਇਹ ਚੱਕਰ ਦੀ ਟੀਮ ਦੇ ਹਿੱਸੇ ਜੁੜਦਾ ਹੈ ਸਫਲਤਾ ਕਦਮ ਚੁੰਮਦੀ ਬਿੰਦਰ ਫਿਰ ਕਬੱਡੀ ਪਾਉਂਦਾ ਹੈ ਤਾਰੇ ਵੀਰੇ ਬਾਈ ਤਾਰੇ ਇੱਕ ਤੁਸੀਂ ਵੀ ਜ਼ਰੂਰ ਖਿਆਲ ਰੱਖਿਓ ਆਪਾਂ ਅੱਜ ਟੂਰਨਾਮੈਂਟ ਤੇ ਗੁਰਜਰੀ ਸਿੰਘ ਦੀ ਸਮੁੱਚੀ ਕਬੱਡੀ ਟੀਮ ਜਿਹੜੀ ਆਪਣੀ ਬਾਈ ਗੁਰਪ੍ਰੀਤ ਹੋਰੀ ਸੰਦੀਪ ਹੋਰੀ ਡਿੱਪੀ ਧਾਲੀਵਾਲ ਹੋਣੀ ਮਾਣੂਣੀ ਸਾਰੇ ਗਿੱਲ ਵਰਗੇ ਵੀਰਾਂ ਨੇ ਰਲ ਅੱਜ ਸਨਮਾਨ ਕਰਨਾ ਕਬੱਡੀ ਦਾ ਜੋ ਬਹੁਤ ਮਸ਼ਹੂਰ ਪੇਜ ਹੋਇਆ ਸਭ ਤੋਂ ਪਹਿਲਾਂ ਜਿਸ ਨੇ ਕਬੱਡੀ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਨਾਮ ਬਣਾਇਆ ਕਬੱਡੀ ਮੇਰੀ ਜਿੰਦ ਜਾਨ ਨਾਰਵੇ ਦੇ ਵਿੱਚ ਬੈਠਾ ਸਨੀ ਗੱਲ ਮੋਹੀ ਵਾਲਾ ਉਸ ਪੇਜ ਦੇ ਮੁੱਖ ਐਡਮਨ ਸੁੱਖੇ ਜੈਲਦਾਰ ਦਾ ਅੱਜ 10,000 ਰੁਪਏ ਨਾਲ ਸਨਮਾਨ ਕਰਨਾ ਵੀਰ ਤੁਸੀਂ ਬਾਈ ਪੁੱਛ ਚੁੱਕੇ ਨੇ ਸੁੱਖੇ ਜੈਲਦਾਰ ਹੋਣੀ ਉਹਨਾਂ ਦਾ ਜੀਓ ਆ ਤੁਸੀਂ ਵੀ ਜ਼ਰੂਰ ਰੱਖ ਦਿਓ ਠੀਕ ਹੈ ਜੀ ਲੈ ਬੜਾ ਸੋਹਣਾ ਜੱਫਾ ਲਾਇਆ ਗਬਰੂ ਨੇ ਇਹ ਆ ਮੇਰੇ ਵੀਰੋ ਹਰ ਜੀ ਨੇ ਬਹੁਤ ਸੋਹਣਾ ਜੱਫਾ ਲਾਇਆ ਖੇਡ ਦੇ ਮੈਦਾਨ ਦੇ ਵਿੱਚ ਲੈ ਰਵੀ ਕਬੱਡੀ ਪਾਉਂਦਾ ਹੋਇਆ ਗਬਰੂ ਲੈ ਰਵੀ ਨੇ ਬੋਲਿਆ ਭਾਵਾ ਹੁਣ ਤੇ ਸਾਹਮਣੇ ਚੱਕਰ ਵਾਲਾ ਗਬਰੂ ਖੁੱਚ ਪੱਟ ਜੱਫਾ ਲਾਉਣ ਦੀ ਕਰਦਾ ਟਰਾਈ ਚੱਲਦੇ ਮੁਕਾਬਲੇ ਦੇ ਵਿੱਚ ਉਹ ਦੱਸਿਓ ਵੀ ਕਿਹੜੀ ਟੀਮ ਆ ਕਿੰਨੇ ਪੁਆਇੰਟਾਂ ਦੇ ਨਾਲ ਜੇਤੂ ਆ ਚੱਲਦੇ ਮੁਕਾਬਲੇ ਦੇ ਵਿੱਚ ਅੱਬੂਵਾਲ ਦੀ ਟੀਮ ਜਿਹੜੀ ਜੇਤੂ ਆ 8 ਪੁਆਇੰਟ ਨੇ ਅੱਬੂਵਾਲ ਦੇ ਚੱਕਰ ਦੇ ਪੁਆਇੰਟ ਨੇ 5.5 ਅੱਬੂਵਾਲ ਦੀ ਟੀਮ ਜਿਹੜੀ ਚੱਲਦੇ ਮੁਕਾਬਲੇ ਦੀ ਜੇਤੂ ਆ ਰਾਊਕੇ ਵਰਸੇ ਲੰਡੇ ਕੇ ਇਹ ਜਿਹੜੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਰਾਊਕੇ ਵਰਸੇ ਲੰਡੇ ਕੇ ਇਹਨਾਂ ਟੀਮਾਂ ਦੇ ਦਰਮਿਆਨ ਅਗਲਾ ਮੁਕਾਬਲਾ ਜਿਹੜਾ ਹੋਣਾ ਹੈ ਔਰ ਚੌਥਾ ਮੈਚ ਜਿਹੜਾ ਹੋਣਾ ਹੈ ਬਾਬਾ ਨਰਾਇਣ ਦਾਸ ਕਲੱਬ ਮੀਨੀਆ ਵਰਸੇ ਅਖਾੜਾ ਇਹ ਟੀਮਾਂ ਵੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਬਾਬਾ ਨਰਾਇਣ ਦਾਸ ਕਲੱਬ ਮੀਨੀਆ ਵਰਸੇ ਅਖਾੜਾ ਹਰਗੋਬਿੰਦ ਸਾਹਿਬ ਕਲੱਬ ਸਨੇਰ ਤੇ ਰਾਊਕੇ ਬੀ ਇਹ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣਗੀਆਂ ਔਰ ਕਹਿੰਦੇ ਵੀ ਕਬੱਡੀ ਜਿੰਦ ਜਾਣ ਵਾਲੇ ਸਾਡੇ ਵੀਰ ਉਹਨਾਂ ਦੇ ਵਿੱਚੋਂ ਅੱਜ ਸੁੱਖੇ ਜਾਲਦਾਰ ਜਿਹੜਾ ਅੱਜ ਜਿੱਥੇ ਸੁੱਖੇ ਜਾਲਦਾਰ ਦਾ ਸਨਮਾਨ ਕਰਨਾ ਉੱਥੇ ਇੱਕ ਅਸੀਂ ਬਹੁਤ ਰਿਸਪੈਕਟਡ ਸਿੱਖੀਅਤ ਮਾਸਟਰ ਗੁਰਪ੍ਰੀਤ ਸਿੰਘ ਜੀ ਸੰਧੂ ਸਾਹਿਬ ਇਸ ਸਕੂਲ ਦੇ ਹੈੱਡ ਟੀਚਰ ਨੇ ਉਹਨਾਂ ਦਾ ਸਨਮਾਨ ਕਰਨ ਜਾ ਰਹੀ ਹੈ ਟੂਰਨਾਮੈਂਟ ਪ੍ਰਬੰਧਕ ਕਮੇਟੀ ਉਹ ਸਾਡੇ ਦਰਮਿਆਨ ਸਟੇਜ ਤੇ ਸੰਧੂ ਸਾਹਿਬ ਪਹੁੰਚ ਚੁੱਕੇ ਨੇ ਟੀਚਰ ਜਿਹੜਾ ਉਹ ਕਿਸੇ ਕੌਮ ਦਾ ਸਿਰਜਕ ਹੁੰਦੇ ਨੇ ਇਹਨਾਂ ਦੇ ਹੱਥ ਕੋਈ ਕੌਮ ਦੀ ਜਿਹੜੀ ਬਾਗਡੋਰ ਹੁੰਦੀ ਹੈ ਸੰਧੂ ਸਾਹਿਬ ਹੋਰਾਂ ਨੂੰ ਸਟੇਟ ਤੇ ਨੈਸ਼ਨਲ ਲੈਵਲ ਤੇ ਤਾਰੇਵੀਰ ਅਵਾਰਡ ਮਿਲੇ ਨੇ ਅੱਜ ਉਹਨਾਂ ਦੀਆਂ ਪ੍ਰਾਪਤੀਆਂ ਦੇ ਬਦਲੇ ਉਹਨਾਂ ਦੀਆਂ ਸੇਵਾਵਾਂ ਦੇ ਬਦਲੇ ਸਾਹਿਬਾ ਦਾ ਅਜੀਤ ਸਿੰਘ ਯੂਥ ਵੈਲਫੇਅਰ ਸਪੋਰਟਸ ਕਲੱਬ ਸਨਮਾਨ ਕਰਕੇ ਮਾਣ ਮਹਿਸੂਸ ਕਰਨ ਜਾ ਰਹੀ ਹੈ ਅਸੀਂ ਸੰਧੂ ਸਾਹਿਬ ਜੀ ਦਾ ਇੱਥੇ ਪਹੁੰਚਣ ਤੇ ਹਾਰਦਿਕ ਧੰਨਵਾਦ ਕਰਦੇ ਹਾਂ ਮਾਈਕ ਓਵਰ ਟੂ ਤਾਰਾ ਜੀ ਮੈਂ ਇੱਧਰ ਸਾਡੇ ਵੀਰ ਬਿੱਟੂ ਚੱਕ ਭਾਈਕਿਆਂ ਵਾਲੇ ਨੇ ਦੱਸਿਆ ਵੀ ਸੰਧੂ ਸਾਹਿਬ ਦੇ ਵੀ ਜਿਹੜੇ ਅੱਜ ਵਿਸ਼ੇਸ਼ ਮਾਨ ਸਨਮਾਨ ਹੋਣਗੇ ਪੂਰੀ ਪ੍ਰਬੰਧਕ ਕਮੇਟੀ ਦੀ ਤਰਫੋਂ ਇਹ ਵੀ ਵੱਡੇ ਮਾਣ ਵਾਲੀ ਗੱਲ ਆ ਬਿੱਟੂ ਜਿਹੜੇ ਮਾਨ ਸਨਮਾਨ ਮਿਲਦੇ ਆ ਇਹ ਮੇਰੇ ਵੀਰੋ ਬੜੀ ਖੁਸ਼ੀ ਵਾਲੀ ਗੱਲ ਆ ਔਰ ਬਿੱਟੂ ਪਹਿਲਾਂ ਵੀ ਆਖਿਆ ਮੈਂ ਵੀ ਤੈਨੂੰ ਵੀ ਲੱਖ ਲੱਖ ਮੁਬਾਰਕਬਾਦ ਆ ਕਿਉਂਕਿ ਰਾਏਕੋਟ ਦੇ ਵਿੱਚੋਂ ਜਿਹੜਾ ਬੁਲਟ ਮੋਟਰਸਾਈਕਲ ਦੇ ਨਾਲ ਤੇਰਾ ਵੀ ਵੱਡਾ ਮਾਨ ਸਨਮਾਨ ਹੋਣਾ ਹੈ ਰਾਊਕੇ ਤੇ ਲੰਬੇ ਇਹਨੇ ਹਾਕੀ ਵਾਲੇ ਬਾਈ ਧਿਆਨ ਦੇਣ ਬਾਈ ਪਲੀਜ਼ ਆਪਾਂ ਡਿਸਿਪਲਿਨ ਬਰਕਰਾਰ ਰੱਖਣਾ ਨਹੀਂ ਟੀਮ ਕੱਢ ਦੇਣੀ ਹੈ ਤੁਹਾਡੀ ਪ੍ਰਬੰਧਕਾਂ ਨੇ ਬਾਅਦ ਦੇ ਵਿੱਚ ਕੋਈ ਸੁਣਵਾਈ ਨਹੀਂ ਕਰਨੀ ਪਲੀਜ਼ ਪਿਆਰ ਦੇ ਨਾਲ ਖੇਡਣਾ ਨਹੀਂ ਤਾਂ ਟੀਮ ਕੱਟੀ ਜਾਊ ਬਾਈ ਪਲੀਜ਼ ਧਿਆਨ ਦਿਓ ਰਾਊਕੇ ਵਰਸੇ ਲੰਡੇ ਕੇ ਲਓ ਰਾਊਕਿਆਂ ਦੀ ਟੀਮ ਜਿਹੜੀ ਉਹ ਚੜ੍ਹਦੇ ਵਾਲੇ ਪਾਸੇ ਅਤੇ ਲੰਡੇਕਿਆਂ ਦੀ ਤਰਫੋਂ ਕਬੱਡੀ ਪਾਈ ਹੈ ਗੱਭਰੂ ਨੇ ਸਾਹਮਣੇ ਰਾਊਕੇ ਵਾਲਾ ਗੱਭਰੂ ਤਕੜੀ ਕਰਦਾ ਹੈ ਟਰਾਈ ਖੇਡ ਦੇ ਮੈਦਾਨ ਦੇ ਵਿੱਚ ਲਓ ਦੇਖੋ ਵੀਰੇ ਆ ਕੀ ਆ ਉਹ ਬੰਦਿਆਂ ਵਾਂਗੂ ਖੇਡੋ ਯਾਰ ਇਹ ਤਾਂ ਪੰਜਾਬੀਆਂ ਚ ਮਾੜਾ ਮੋਟਾ ਹੋ ਜਾਂਦਾ ਅਸੀਂ ਬੇਨਤੀ ਕਰਦੇ ਹਾਂ ਅਨੁਸ਼ਾਸਨ ਦੇ ਵਿੱਚ ਹੋਏ
ਕਿਉਂਕਿ ਵਧੀਆ ਪ੍ਰਬੰਧ ਕੀਤਾ ਖੇਡ ਮੇਲਾ ਖਰਾਬ ਕਰਨਾ ਕੋਈ ਵਧੀਆ ਗੱਲ ਨਹੀਂ ਹੁੰਦੀ ਤੁਸੀਂ ਆਪ ਵਿੱਚ ਲੜਦੇ ਹੋ ਜਿਹੜਾ ਆਨੰਦ ਆ ਸਾਰੇ ਦਰਸ਼ਕਾਂ ਦਾ ਖਰਾਬ ਹੋ ਜਾਂਦਾ ਸੋ ਕਿਰਪਾ ਕਰਕੇ ਵਧੀਆ ਪ੍ਰਾਈਜ਼ ਰੱਖੇ ਹੋਏ ਨੇ ਨੈੱਟ 'ਤੇ ਸਾਡੇ ਐੱਮ ਆਰ ਆਈ ਵੀਰ ਜੁੜੇ ਹੋਏ ਨੇ ਜਿਹੜੇ ਵੀਰ ਖੇਡ ਮੈਦਾਨ ਦੇ ਵਿੱਚ ਗਾਲੀ ਗਲੋਚ ਕਰਦੇ ਨੇ ਜਾਂ ਲੜਾਈ ਕਰਦੇ ਨੇ ਪ੍ਰਬੰਧਕ ਕਹਿੰਦੇ ਸੀ ਪੂਰੀ ਦੀ ਪੂਰੀ ਟੀਮ ਘੱਟ ਜਾਵੇ ਖਿਡਾਰੀ ਇਤਰਾਜ਼ ਨਾ ਕਰੋ ਲਓ ਸਾਹਮਣੇ ਗੱਭਰੂ ਖੇਡ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਅਗਲੇ ਮੁਕਾਬਲੇ ਦੀਆਂ ਟੀਮਾਂ ਨੇ ਹਰਗੋਬਿੰਦ ਸਾਹਿਬ ਕਲੱਬ ਸਨੇਰ ਅਤੇ ਰਾਉਕੇ ਬੀ ਬੁੱਗੀਪੁਰਾ ਬਾਬਾ ਜ਼ਾਹਰ ਵਾਲੀ ਕਲੱਬ ਬੱਦੋਵਾਲ ਲਓ ਸਾਹਮਣੇ ਕਾਕਾ ਕਰਦਾ ਹੋਇਆ ਕੋਸ਼ਿਸ਼ ਪਰ ਪੁਆਇੰਟ ਜਿਹੜਾ ਇਹ ਗੱਭਰੂ ਆਪਣੀ ਟੀਮ ਦੇ ਲਈ ਜੋੜ ਗਿਆ ਲਓ ਦਰਸ਼ਕ ਵੀ ਮੇਰੇ ਵੀਰੋ ਹੌਲੀ ਹੌਲੀ ਜਿਹੜੇ ਮੈਦਾਨ ਦੇ ਨਾਲ ਜੁੜਦੇ ਆ ਰਹੇ ਆ ਤੇਰੇ ਲਈ ਇੱਕ ਜ਼ਰੂਰੀ ਬੇਨਤੀ ਬਾਹਰੋਂ ਆਈ ਆ ਦੋ ਤਿੰਨ ਫੋਨ 365.com ਤੇ ਖੜਕ ਚੁੱਕੇ ਨੇ ਗਰਾਊਂਡ ਨੂੰ ਕਹਿੰਦੇ ਕਲੀਅਰ ਨਹੀਂ ਰੱਖਿਆ ਜਾ ਰਿਹਾ 365 ਦੇ ਕੈਮਰੇ ਮੂਹਰੇ ਵਾਰ ਵਾਰ ਵੀਰ ਆ ਰਹੇ ਨੇ ਦੇਖੋ ਅਸੀਂ ਵਾਰ ਵਾਰ ਇਹ ਬੇਨਤੀ ਕਰਦੇ ਹਾਂ ਖਿਡਾਰੀਆਂ ਨੂੰ ਵੀ ਤੇ ਵਾਧੂ ਵੀਰਾਂ ਨੂੰ ਗਰਾਊਂਡ ਦੇ ਵਿੱਚ ਹੁਣ ਜਿਹੜੀਆਂ ਟੀਮਾਂ ਆਉਣਗੀਆਂ ਉਹ ਇੱਕ ਸਾਈਡ ਤੇ ਹੋ ਕੇ ਬੈਠੇ ਹੋ ਹੱਥ ਬੰਨ ਕੇ ਬੇਨਤੀ ਹੋਵੇਗੀ ਗਰਾਊਂਡ ਨੂੰ ਵੱਧ ਤੋਂ ਵੱਧ ਕਲੀਅਰ ਰੱਖਣਾ ਆਪਾਂ ਸਿਰਫ ਖੇਡ ਰਹੇ ਖਿਡਾਰੀ ਦਰਸ਼ਕਾਂ ਨੂੰ ਦਿਸਣ ਇਹ ਸਾਡੀ ਤੁਹਾਡੇ ਸਾਰਿਆਂ ਲਈ ਬੇਨਤੀ ਹੈ ਤਾਰਾ ਜੀ ਲੈ ਸਾਹਮਣੇ ਗੱਭਰੂ ਨੇ ਕਬੱਡੀ ਪਾਈ ਆ ਤੇ ਤਕੜੀ ਕੋਸ਼ਿਸ਼ ਕੀਤੀ ਹੋਈ ਖੇਡ ਦੇ ਮੈਦਾਨ ਦੇ ਵਿੱਚ ਔਰ ਸਾਡੇ ਵੀਰ ਬੰਸਰਾਂ ਨੂੰ ਬੇਨਤੀ ਆ ਵੀ ਜਿਹੜੀ ਟੀਮ ਐਕਟਿਵ ਆਉਂਦੀ ਆ ਉਹਨਾਂ ਨੂੰ ਇੱਥੇ ਹੀ ਰੋਕ ਲਿਆ ਕਰੋ ਅਗਲਾ ਜਿਹੜਾ ਮੈਚ ਹੋਣਾ ਹੈ ਸਨੇਰ ਤੇ ਰਾਉਕੇ ਬੀ ਤਿਆਰ ਹੋ ਕੇ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਸਨੇਰ ਤੇ ਰਾਉਕੇ ਬੀ ਬੁੱਗੀਪੁਰਾ ਤੇ ਬਾਬਾ ਜ਼ਾਹਰ ਵਾਲੀ ਕਲੱਬ ਬੱਦੋਵਾਲ ਇਹ ਜਿਹੜੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਲਓ ਸਾਹਮਣੇ ਗੱਭਰੂ ਖੇਡ ਦੇ ਮੈਦਾਨ ਦੇ ਵਿੱਚ ਪੈਂਦਾ ਹੋਇਆ ਕਬੱਡੀ ਮੇਰੇ ਵੀਰ ਹਲੋ ਹਾਂਜੀ ਅਸੀਂ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਸਾਡੇ ਜਿਹੜੇ ਹਾਕੀ ਦੇ ਖਿਡਾਰੀ ਨੇ ਗਰਾਊਂਡ ਦੇ ਵਿੱਚ ਜਿਵੇਂ ਕਿ ਕਿਸੇ ਟੀਮ ਨੇ ਲੜਾਈ ਝਗੜਾ ਕੀਤਾ ਉਸ ਵਿੱਚ ਤਾਂ ਜਿਹੜੀ ਪੂਰੀ ਟੀਮ ਕਰ ਦੇਣੀ ਹੈ ਫਿਰ ਕੋਈ ਖਿਡਾਰੀ ਇਤਰਾਜ਼ ਨਾ ਕਰੋ ਜੇ ਕੋਈ ਖਿਡਾਰੀ ਪ੍ਰਬੰਧਕਾਂ ਨੇ ਕਹੋ ਤਾਂ ਵੀ ਆਪਣੀ ਮਨਮਾਨੀ ਕਰਦਾ ਤਾਂ ਜਿਹੜੀ ਉਹਦੀ ਟੀਮ ਆ ਪੂਰੀ ਸਕਰੈਚ ਕੀਤੀ ਜਾਊਗੀ ਹਾਂਜੀ ਤਾਰਾ ਜੀ ਲੈ ਇੱਧਰ ਸਾਡਾ ਵੀਰ ਗੁਰਪ੍ਰੀਤ ਕਹਿੰਦੇ ਕੈਨੇਡਾ ਤੋਂ ਲਾਈਵ ਜਿਹੜਾ ਅੱਜ ਦਾ ਖੇਡ ਮੇਲਾ ਦੇਖ ਰਹੇ ਆ ਔਰ ਗਰਾਊਂਡ ਜਿਹੜਾ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਆ ਵੀ ਜਿਹੜੇ ਐਕਟਿਵ ਹੁੰਦੇ ਆ ਪਲੀਜ਼ ਬੈਠ ਜਾ ਕਰੋ ਲੋ ਸਾਹਮਣੇ ਗੱਭਰੂ ਨੇ ਕਬੱਡੀ ਪਾਈ ਆ ਤੇ ਰਾਮੇ ਦੀ ਧਰਤੀ ਦਾ ਗੱਭਰੂ ਦੇਖੋ ਹੁਣ ਕਾਕਾ ਲਾਉਂਦਾ ਹੋਇਆ ਤਕੜਾ ਜੱਫਾ ਖੇਡ ਦੇ ਮੈਦਾਨ ਦੇ ਵਿੱਚ ਪੁਆਇੰਟ ਜਿਹੜਾ ਰਾਉਕੇ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲੋ ਸਾਹਮਣੇ ਆ ਗੱਭਰੂ ਬੇਅੰਤ ਸਿੰਘ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲੋ ਬੇਅੰਤ ਨੇ ਕਬੱਡੀ ਪਾਈ ਆ ਮੇਰੇ ਵੀਰੋ ਇਹ ਵੀ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ 75 ਕਿਲੋ ਭਾਰ ਵਰਗ ਦੇ ਵਿੱਚ ਪ੍ਰਿੰਸ ਜਾਰਜ ਦੀ ਟੀਮ ਲਈ ਸੋਹਣਾ ਖੇਡਿਆ ਲੋ ਸਾਹਮਣੇ ਗੱਭਰੂ ਗੁੱਟ ਫੜਦਾ ਹੋਇਆ ਪਰ ਪੁਆਇੰਟ ਜਿਹੜਾ ਬੇਅੰਤ ਰਾਉਕੇ ਵਾਲਾ ਆਪਣੀ ਟੀਮ ਦੇ ਲਈ ਜੋੜ ਗਿਆ ਸਫਲਤਾ ਕਦਮ ਚੁੰਮਦੀ ਹੋਈ ਅਗਲੇ ਮੁਕਾਬਲੇ ਦੀਆਂ ਟੀਮਾਂ ਨੇ ਸਨੇਹਰ ਵਰਸੀ ਰਾਉਕੇ ਬੀ ਸਨੇਹਰ ਵਰਸੀ ਰਾਉਕੇ ਬੀ ਬੁੱਗੀਪੁਰਾ ਬਾਬਾ ਜ਼ਾਹਰ ਵਾਲੀ ਕਲੱਬ ਬੱਦੋਵਾਲ ਲੋ ਸਾਹਮਣੇ ਗੱਭਰੂ ਨੇ ਤਕੜਾ ਜੱਫਾ ਜਿਹੜਾ ਖੇਡ ਮੈਦਾਨ ਦੇ ਵਿੱਚ ਲੋ ਪੁਆਇੰਟ ਜਿਹੜਾ ਇਹ ਡਬਲ ਟੱਚ ਦਾ ਇਸ਼ਾਰਾ ਸਾਡੇ ਵੀਰ ਫੌਜੀ ਨੇ ਕੀਤਾ ਕਿ ਪੁਆਇੰਟ ਜਿਹੜਾ ਭਾਵੀ ਦੇ ਹਿੱਸੇ ਕੁੱਟਦਾ ਲੋ ਮੀਨੀਆਂ ਵਾਲਾ ਵੱਧ ਕੇ ਕਬੱਡੀ ਪਾਉਂਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਲੋ ਮੀਨੀਆਂ ਵਾਲੇ ਨੇ ਪਾਈ ਇੱਕ ਕਬੱਡੀ ਅੱਜ ਮੇਰੇ ਵੀਰੋ ਰਾਉਕੇ ਕਲਾਂ ਦੀ ਟੀਮ ਦੇ ਲਈ ਸੋਹਣੇ ਧਾਰੇ ਬੋਲਦਾ ਲੋ ਸਾਹਮਣੇ ਪੁੱਠੀ ਕੈਂਚੀ ਵੱਜੀ ਆ ਹੁਣ ਤੇ ਪੁਆਇੰਟ ਜਿਹੜਾ ਗੱਭਰੂ ਭੱਜਿਆ ਆ ਰਿਹਾ ਸਫਲਤਾ ਕਦਮ ਚੁੰਮਦੀ ਹੈ ਇਹਨਾਂ ਖਿਡਾਰੀਆਂ ਦੇ ਮੇਰੇ ਵੀਰੋ ਸਖ਼ਤ ਮਿਹਨਤਾਂ ਲਾਈਆਂ ਤੇ ਪਾ ਕੇ ਕੁਠਾਲੀ ਜਿਵੇਂ ਪਾ ਕੇ ਕੁਠਾਲੀ ਜਿਵੇਂ ਸੋਨਾ ਬਣੇ ਸੁੱਧ ਵਰੀ ਬਣਦਾ ਖੋਆ ਜਿਵੇਂ ਕਾੜ ਕਾੜ ਦੁੱਧ ਵਰੀ ਰਾਜ ਲਹੇੜੀ ਜਿੰਨਾ ਸਾਂਭਿਆ ਸਰੀਰ ਨੂੰ ਮਲ ਤੋਂ ਫਕੀਰ ਹੋਈ ਬਣਦੇ ਖੀਰ ਨੂੰ ਬੱਲੇ ਤੇਰੇ ਗੱਭਰੂ ਆ ਲੈ ਸਿਰੇ ਦਾ ਦਫਾ ਲੱਗਣਾ ਹੁਣ ਖੇਡ ਦੇ ਮੈਦਾਨ ਦੇ ਵਿੱਚ ਲੈ ਦੇਖੋ ਦੋਨੋਂ ਖਿਡਾਰੀਆਂ ਦੇ ਵਿਚਕਾਰ ਟੱਕਰ ਜਿਹੜੀ ਸਿਰੇ ਦੀ ਆ ਬਗਲਾ ਭਰੀਆਂ ਕਾਂਚੀ ਬੱਜੀ ਆ ਵਾਹ ਤੇਰੇ ਗੱਭਰੂ ਆ ਇਹਨੂੰ ਕਹਿੰਦੇ ਜ਼ੋਰ ਦੇ ਨਾਲ ਜਫਾ ਤੇ ਪੁਆਇੰਟ ਜਿਹੜਾ ਇਹ ਮੇਰੇ ਵੀਰੋ ਰਾਉਕੇ ਕਲਾਂ ਦੀ ਟੀਮ ਦੇ ਹਿੱਸੇ ਜੁੜਦਾ ਚੱਲਦੇ ਮੁਕਾਬਲੇ ਦੇ ਵਿੱਚ ਰਾਉਕੇ ਕਲਾਂ ਇਹਦੀ ਟੀਮ ਜਿਹੜੀ ਜੇਤੂ ਆ ਇਹ ਪ੍ਰਬੰਧਕ ਵੀ ਨੋਟ ਕਰ ਲੈਣ ਚੱਲਦੇ ਮੁਕਾਬਲੇ ਦੇ ਵਿੱਚੋਂ ਰਾਉਕੇ ਕਲਾਂ ਇਹਦੀ ਟੀਮ ਜੇਤੂ ਆ ਅਗਲਾ ਮੁਕਾਬਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਲੱਬ ਸਨੇਰ ਤੇ ਰਾਉਕੇ ਬੀ ਇਹ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਬੁੱਗੀਪੁਰਾ ਬਾਬਾ ਜ਼ਾਹਰ ਵਾਲੀ ਕਲੱਬ ਬੱਦੋਵਾਲ ਇਹ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖੜੇ ਸਨੇਰ ਤੇ ਰਾਉਕੇ ਬੀ
ਸਨੇਰ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਰੌਕੇ ਬੀ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਰੌਕੇ ਬੀ ਦੀ ਟੀਮ ਆ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਸਨੇਰ ਦੀ ਟੀਮ ਆ ਗਈ ਹੈ ਤੇ ਰੌਕੇ ਬੀ ਲਓ ਰੌਕੇ ਬੀ ਦੀ ਟੀਮ ਵੀ ਗਰਾਊਂਡ ਦੇ ਵਿੱਚ ਆ ਗਈ ਹੈ ਖੈਰ ਆਪਣੀ ਟੀਮ ਨੂੰ ਲੈ ਕੇ ਪੁੱਜ ਗਿਆ ਮੇਰੇ ਵੀਰੋ ਇਹ ਵੀ ਕਬੱਡੀ ਮੈਂ ਖੇਡ ਕਬੱਡੀ ਦਾ ਕਹਿੰਦੇ ਸਿਰੇ ਦਾ ਵਾਸੀ ਹੈ ਜੀ ਨੇ ਵਜਨੀ ਕਬੱਡੀ ਬਹੁਤ ਸੋਹਣੀ ਖੇਡੀ ਹੈ ਸਵਰਗਵਾਸੀ ਪ੍ਰਧਾਨ ਚੰਦ ਸਿੰਘ ਗਰੇਵਾਲ ਦੇ ਬ੍ਰਦਰ ਸਰਦਾਰ ਸੁਖਦੇਵ ਸਿੰਘ ਜੀ ਗਰੇਵਾਲ ਸਾਹਿਬ ਉਹ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਉਹ ਸਟੇਜ ਤੇ ਜ਼ਰੂਰ ਆ ਕੇ ਵਿਰਾਜਮਾਨ ਹੋ ਜਾਣ ਗਰੇਵਾਲ ਸਾਹਿਬ ਆ ਜਾਓ ਜੀ ਤੁਹਾਨੂੰ ਜੀ ਆਇਆਂ ਨੂੰ ਪਲੀਜ਼ ਸਟੇਜ ਤੇ ਜ਼ਰੂਰ ਪਹੁੰਚੋ ਸਵਰਗਵਾਸੀ ਸਰਦਾਰ ਚਰਨ ਸਿੰਘ ਗਰੇਵਾਲ ਸਾਹਿਬ ਦੇ ਪਰਿਵਾਰ ਵੱਲੋਂ 65 ਕਿਲੋ ਭਾਰ ਦਾ ਪਹਿਲਾ ਇਨਾਮ 15,000 ਰੁਪਏ ਇਸ ਕਬੱਡੀ ਕੱਪ ਲਈ ਸਪਾਂਸਰ ਕੀਤਾ ਗਿਆ ਸੁਖਦੇਵ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ ਉਹ ਪਲੀਜ਼ ਸਟੇਜ ਤੇ ਜ਼ਰੂਰ ਆ ਜਾਣ ਇਹ ਵਰ ਸਾਡੇ ਪ੍ਰਬੰਧਕ ਵੀ ਆਖਰੇ ਵੀ ਕਿਸੇ ਦਾ ਮੈਚ ਜਿਹੜਾ ਅੱਗੇ ਪਿੱਛੇ ਨਹੀਂ ਹੋਣਾ ਕਿ ਗੁਰੂਆਂ ਸਾਹਿਬ ਨੇ ਦਿੱਤਾ ਵਰਦਾਨ ਕਬੱਡੀ ਦਾ ਪੂਜਣਯੋਗ ਹੁੰਦਾ ਕੰਗ ਮੈਦਾਨ ਕਬੱਡੀ ਦਾ ਹਰ ਮਾਂ ਦੀ ਇਹੋ ਇੱਛਾ ਹੁੰਦੀ ਕਿ ਵੱਡਾ ਹੋ ਕੇ ਬਣ ਜੇ ਪੁੱਤ ਕਪਤਾਨ ਕਬੱਡੀ ਦਾ ਵੱਡਾ ਹੋ ਕੇ ਬਣ ਜੇ ਪੁੱਤ ਕਪਤਾਨ ਕਬੱਡੀ ਦਾ ਦੋਨੋਂ ਟੀਮਾਂ ਦੇ ਦਰਮਿਆਨ ਤਕੜਾ ਜਿਹੜਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਹੈਲੋ ਉਧਰ ਕਬੱਡੀ 365.com ਦੇ ਜ਼ਰੀਏ ਬਾਈ ਸੁੱਖਾ ਗਰੇਵਾਲ ਕੈਨੇਡਾ ਦੇ ਵਿੱਚ ਬੈਠੇ ਨੇ ਕਾਕਾ ਦਿਆਲ ਸਾਡਾ ਵੀਰ ਦੁਬਈ ਦੇ ਵਿੱਚ ਬੈਠਾ ਅੱਜ ਦੇ ਮੈਚਾਂ ਦਾ ਆਨੰਦ ਮਾਣ ਰਿਹਾ ਉਹਨਾਂ ਦੇ ਨਾਲ ਮਨੀਗਰ ਯੂਕੇ ਹੈਪੀ ਗਰਲ ਯੂਕੇ ਪੰਮਾਗਰ USA ਹੈਪੀ ਦਿਆਲ ਕੈਨੇਡਾ ਬਲਵਿੰਦਰ ਗਿੱਲ ਯੂਕੇ ਦੀਪਾ ਗਰੇਵਾਲ ਕੈਨੇਡਾ ਹਿੰਦਰੀ ਗਰੇਵਾਲ ਇਹ ਸਾਰੇ ਵੀਰ ਜਿਹੜੇ ਕਬੱਡੀ 365.com ਦੇ ਜ਼ਰੀਏ ਜਿਹੜੇ ਬੈਠੇ ਨੇ ਅਸੀਂ ਇਹਨਾਂ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਚਰਨ ਸਿੰਘ ਜੀ ਗਰੇਵਾਲ ਸਾਹਿਬ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਸਟੇਜ ਤੇ ਆ ਕੇ ਵਿਰਾਜਮਾਨ ਹੋ ਜਾਣਗੇ ਮਾਈਕ ਓਵਰ ਟੂ ਤਾਰਾ ਕਿਸ਼ਨਪੁਰ ਫਿਰ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰ ਟੀਮ ਜਿਹੜੀ ਖੇਡ ਦੇ ਮੈਦਾਨ ਦੇ ਵਿੱਚ ਸੁਨੇਹਾਂ ਦੀ ਆ ਉਹ ਸਟੇਜ ਵਾਲੀ ਸਾੜਾ ਔਰ ਚੜ੍ਹਦੇ ਵਾਲੇ ਪਾਸੇ ਟੀਮ ਜਿਹੜੀ ਰੌਕੇ ਬੀ ਦੀ ਟੀਮ ਹੈ ਲੈ ਪਹਿਲੀ ਕਬੱਡੀ ਦੇਖਾਂਗੇ ਔਰ ਕਿਹੜਾ ਗੱਭਰੂ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਹੈਲੋ ਲੈ ਦੋਨੋਂ ਟੀਮਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ ਸਾਊਂਡ ਵਾਲੇ ਵੀਰ ਨੂੰ ਬੇਨਤੀ ਆ ਵੀ ਥੋੜਾ ਜਿਹਾ ਬੇਸ ਜਿਹੜਾ ਘੱਟ ਕਰ ਦਿਓ ਬਾਈ ਜੀ ਸੁਨੇਰ ਵਰਸੀ ਰੌਕੇ ਬੀ ਦੋਨੋਂ ਟੀਮਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਸੁਨੇਰ ਵਰਸੀ ਰੌਕੇ ਬੀ ਦੋਨੋਂ ਟੀਮਾਂ ਦੇ ਦਰਮਿਆਨ ਤਕੜਾ ਜਿਹੜਾ ਮੁਕਾਬਲਾ ਸ਼ੁਰੂ ਹੋਣਾ ਮੇਰੇ ਵੀਰੋ ਅਗਲਾ ਜਿਹੜਾ ਮੁਕਾਬਲਾ ਬਾਬਾ ਨਰਾਇਣ ਦਾਸ ਕਲੱਬ ਮੀਨੀਆ ਵਰਸੇ ਅਖਾੜਾ ਇਹ ਟੀਮਾਂ ਵੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਬਾਈ ਸੋਹਣ ਸਿੰਘ ਜੀ ਗਰੇਵਾਲ ਸਾਹਿਬ ਉਹ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਸਾਡੀ ਉਹਨਾਂ ਨੂੰ ਹੱਥ ਹੈ ਜੀ ਸਟੇਜ ਤੇ ਆ ਕੇ ਵਿਰਾਜਮਾਨ ਹੋ ਜਾਣ ਸਰਦਾਰ ਸੋਹਣ ਸਿੰਘ ਜੀ ਗਰੇਵਾਲ ਸਾਹਿਬ ਲੈ ਸਿੱਖ ਸਰਦਾਰ ਗੱਭਰੂ ਮੇਰੇ ਵੀਰੋ ਰਾਜੂ ਨਾਮ ਲੈ ਪਹਿਲੀ ਕਬੱਡੀ ਸਨੇਰਾਂ ਦੀ ਤਰਫੋਂ ਰਾਜੂ ਨੇ ਪਾਈ ਹੈ ਪਰ ਰਵੀ ਲੋਪੋ ਵਾਲਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਮੇਰੇ ਵੀਰੋ ਤੇ ਪੈਰ ਜਿਹੜਾ ਰਾਜੂ ਨੇ ਸੁਨੇਰਾਂ ਦੀ ਟੀਮ ਲਈ ਜੋੜ ਦਿੱਤਾ ਲੈ ਸਾਹਮਣੇ ਗੱਭਰੂ ਧਰਤੀ ਮਾਂ ਨੂੰ ਟੇਕ ਮੱਥਾ ਰੌਕੇ ਬੀ ਦੀ ਤਰਫੋਂ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਧਾਵਾ ਹੁਣ ਗੱਭਰੂ ਨੇ ਕਿ ਆਉਂਦਾ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਜਦੋਂ ਪਾਉਂਦਾ ਧਾਵੀ ਕੋਈ ਰੇਡ ਮੱਥਾ ਟੇਕ ਕੇ ਲੱਗ ਜਾਂਦਾ ਵਧੀਆ ਜਾਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ ਸੋਹਰਾ ਨੇ ਸੱਚ ਮਿੱਤਰੋ ਇਹ ਹੈ ਗਾਬਾ ਸਨੇਰ ਦੀ ਧਰਤੀ ਦਾ ਮੇਰੇ ਵੀਰੋ ਲਾਉਂਦਾ ਹੋਇਆ ਤਕੜਾ ਜਾਫਾ
ਖੇਡ ਦੇ ਮੈਦਾਨ ਦੇ ਵਿੱਚ ਸਫਲਤਾ ਗਾਬੇ ਦੇ ਕਦਮ ਚੁੰਮਦੀ ਹੈ ਲੈ ਉਧਰੋਂ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਗਬਰੂ ਇਹ ਸੋਨਾ ਨੇ ਰਵੀਰ ਲੈ ਸੋਨਾ ਕਬੱਡੀ ਕਬੱਡੀ ਕਰਦਾ ਹੈ ਸੁਨਹਿਰਾਂ ਦੀ ਤਰਫੋਂ ਸੋਨੇ ਦਾ ਬੋਲਿਆ ਹੈ ਧਾਵਾ ਖੇਡ ਦੇ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਕਿੱਦਾਂ ਦੀ ਗੱਲ ਚਾਹ ਜਾਫੀਆਂ ਦੇ ਵਿੱਚੋਂ ਕਰਦਾ ਇਹ ਖਹਿਰਾ ਲੈ ਖਹਿਰੇ ਨੇ ਡੱਕਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਸੋਨੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਕਦਮ ਚੁੰਮਦੀ ਹੋਈ ਇਹਨਾਂ ਖਿਡਾਰੀਆਂ ਦੇ ਅੱਜ ਦਰਸ਼ਕ ਵੀਰ ਵੀ ਮੇਰੇ ਵੀਰੋ ਹੌਲੀ ਹੌਲੀ ਜਿਹੜੇ ਪੁੱਜਦੇ ਜਾ ਰਹੇ ਨੇ ਗੋਲ ਦੇ ਦਾਇਰੇ ਦੇ ਨਾਲ ਜੁੜੇ ਲੈ ਸੇਮੀ ਲੋਪੋਵਾਲ ਗਬਰੂ ਹਾਂਜੀ ਸਾਡੇ ਗੁਰਨਾਮ ਫਰੈਂਡ ਸਪੋਰਟਸ ਕਲੱਬ ਰੂਮੀ ਦੇ ਪ੍ਰਧਾਨ ਸ਼ਿਕਾਰਾ ਸਿੰਘ ਜੀ ਨਾਲ ਬਾਈ ਸੁੱਖ ਜੀ ਬਾਈ ਜੱਸੀ ਹੋਰੀ ਬਾਈ ਰਾਜਾ ਜੀ ਉਚੇਚੇ ਤੌਰ ਤੇ ਪਹੁੰਚੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਇਸ 15ਵੇਂ ਕਬੱਡੀ ਕੱਪ ਤੇ ਰੂਮੀ ਤੋਂ ਸਾਡੇ ਵੀਰ ਸਰਦਾਰ ਸ਼ਿਕਾਰਾ ਸਿੰਘ ਜੀ ਮੀਤ ਜੀ ਸੁਖਵਿੰਦਰ ਸਿੰਘ ਜੀ ਸੁੱਖ ਨਾਲ ਜੱਸੀ ਹੋਰੀ ਉਚੇਚੇ ਤੌਰ ਤੇ ਸਾਡੇ ਖੇਡ ਮੇਲੇ ਤੇ ਤਸ਼ਰੀਫ ਲੈ ਕੇ ਆਏ ਨੇ ਮੋਸਟ ਵੈਲਕਮ ਜੀ ਉਹ ਵੀ ਪਹੁੰਚੇ ਨੇ ਧੰਨਵਾਦ ਜੀ ਸਾਡਾ ਵੀ ਲੱਖਾਂ ਖਿਆਲੀ ਲੈ ਸਾਹਮਣੇ ਰਵੀ ਬਹੁਤ ਸੋਹਣਾ ਜਫਾ ਲਾ ਗਿਆ ਖੇਡ ਦੇ ਮੈਦਾਨ ਦੇ ਵਿੱਚ ਲੋਪੋ ਪਿੰਡ ਹੈ ਜਿੱਥੋਂ ਦੇ ਸੰਤ ਦਰਬਾਰਾ ਸਿੰਘ ਜੀ ਮੇਰੇ ਵੀਰੋ ਕਿ ਸੰਤ ਦਰਬਾਰਾ ਸਿੰਘ ਜੀ ਆਏ ਸੇਵਕਾਂ ਦੇ ਬੇੜੇ ਪਾਰ ਲਗਾਏ ਰਹਿਣ ਦੀ ਮਾਰ ਕਿ ਲੋਪੋ ਪਿੰਡ ਵਿੱਚ ਚੱਲਦੀ ਗੱਦੀ ਰਾਜ ਜੋਗੀਆਂ ਦੀ ਲੈ ਲੋਪੋ ਵਾਲੇ ਨੇ ਬਹੁਤ ਸੋਹਣਾ ਜਫਾ ਲਾਇਆ ਖੇਡ ਦੇ ਮੈਦਾਨ ਦੇ ਵਿੱਚ ਹੋਰ ਚਾਹ ਜਾਫੀਆਂ ਦੀ ਚਾਹ ਦੇ ਉੱਪਰ ਬੋਲਿਆ ਹੋਇਆ ਧਾਵਾ ਗਬਰੂ ਦਾ ਵਾਹ ਤੇਰੇ ਗਬਰੂ ਐਨ ਅੱਖ ਗੱਡੀ ਹੋਈ ਆ ਹੁਣ ਕਿਹੜਾ ਜਾਫੀ ਚਾਹ ਦੇ ਵਿੱਚੋਂ ਗਾਬੇ ਨੇ ਫਿਰ ਕੋਸ਼ਿਸ਼ ਕੀਤੀ ਆ ਪਰ ਪੁਆਇੰਟ ਜਿਹੜਾ ਇਹ ਰਾਉਕੀ ਬੀ ਦੀ ਟੀਮ ਦੇ ਹਿੱਸੇ ਜੁੜਦਾ ਸਫਲਤਾ ਕਦਮ ਚੁੰਮਦੀ ਇਹਨਾਂ ਖਿਡਾਰੀਆਂ ਦੇ ਮੇਰੇ ਵੀਰੋ ਲਓ ਸਾਹਮਣੇ ਫਿਰ ਗਬਰੂ ਲਗਾਤਾਰ ਕਬੱਡੀਆਂ ਪਾਉਂਦਾ ਆ ਲਓ ਸੋਨੇ ਨੇ ਵੱਧ ਕੇ ਫਿਰ ਧਾਵਾ ਬੋਲਿਆ ਇੱਕ ਪਾਸੇ ਖਹਿਰਾ ਇਹ ਆ ਰਵੀ ਲੋਪੋ ਵਾਲਾ ਗਬਰੂ ਕਰਦਾ ਹੋਇਆ ਟਰਾਈ ਤੇ ਪੁਆਇੰਟ ਜਿਹੜਾ ਸੋਨਾ ਗਬਰੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਸਫਲਤਾ ਕਦਮ ਇਹਨਾਂ ਖਿਡਾਰੀਆਂ ਦੇ ਜਿੰਨੇ ਵੀ ਵੀਰ ਵਿਦੇਸ਼ਾਂ ਤੋਂ ਕਬੱਡੀ 365 ਵੈਬਸਾਈਟ ਦੇ ਨਾਲ ਜੁੜੇ ਹੋਏ ਆ ਕੋਈ ਯੂਕੇ ਤੋਂ ਕੋਈ ਮੇਰੇ ਵੀਰੋ ਕੈਨੇਡਾ ਤੋਂ ਉਹਨਾਂ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਜਿਹੜੇ ਅੱਜ ਬੁਰਜ ਹਰੀ ਸਿੰਘ ਦਾ ਕਬੱਡੀ ਕੱਪ ਮੇਰੇ ਵੀਰੋ ਲਾਈਵ ਟੈਲੀਕਾਸਟ ਆਨੰਦ ਮਾਣ ਰਹੇ ਨੇ ਕਬੱਡੀ 365 ਵੈਬਸਾਈਟ ਦੇ ਜ਼ਰੀਏ ਲੈ ਸਾਹਮਣੇ ਫਿਰ ਸੋਨਾ ਅਗਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰੀ ਦੇ ਵਿੱਚ ਆ ਹੰਦਿਆਂ ਨੂੰ ਮੱਥਾ ਤੇ ਗਬਰੂ ਕਬੱਡੀ ਪਾਉਣ ਦੇ ਲਈ ਤਾਰੇ ਵੀਰ 2 ਮਿੰਟ ਲੈਣੇ ਬਸ ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਅੱਜ ਇਸ ਸਕੂਲ ਦੇ ਬੱਚਿਆਂ ਦਾ ਲੜਕੇ ਤੇ ਲੜਕੀਆਂ ਦਾ ਸਨਮਾਨ ਕਰਨ ਜਾ ਰਹੇ ਨੇ ਸਾਡੇ ਸਤਿਕਾਰਯੋਗ ਵੀਰ ਉਹ ਬੱਚਿਆਂ ਦੀਆਂ ਪ੍ਰਾਪਤੀਆਂ ਤੁਹਾਨੂੰ ਜੇ ਦੱਸੀਏ ਤਾਂ ਬਹੁਤ ਵੱਡੀ ਖੁਸ਼ੀ ਹੋਵੇਗੀ ਇਹਨਾਂ ਬੱਚਿਆਂ ਨੇ ਬਲਾਕ ਪੱਧਰ ਤੇ ਸਕੂਲੀ ਖੇਡਾਂ ਦੇ ਵਿੱਚ ਲੜ ਕੇ ਦੂਸਰਾ ਸਥਾਨ ਹਾਸਲ ਕੀਤਾ ਕਬੱਡੀ ਦੇ ਵਿੱਚ ਉੱਥੇ ਲੰਬੀ ਛਾਲ 100 ਮੀਟਰ ਦੇ ਵਿੱਚ ਪਹਿਲਾ ਸਥਾਨ 400 ਮੀਟਰ ਦੇ ਵਿੱਚ ਪਹਿਲਾ ਸਥਾਨ ਰਲੇ ਰੇਸ ਦੂਸਰਾ ਸਥਾਨ ਬਲਾਕ ਪੱਧਰੀ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਤੇ ਨੈਸ਼ਨਲ ਲੈਵਲ ਤੇ ਮੇਰੀ ਵੀਰੋ ਜਿਹੜੀਆਂ ਪ੍ਰਾਪਤੀਆਂ ਨੇ ਕੌਮੀ ਪੱਧਰ ਤੇ ਉੜੀਸਾ ਦੇ ਵਿੱਚ ਜਿਹੜੇ ਮੁਕਾਬਲੇ ਹੋਏ ਕੌਮੀ ਪੱਧਰ ਦੇ ਉਹਨਾਂ ਮੁਕਾਬਲਿਆਂ ਦੇ ਵਿੱਚ ਕੋਰੀਓਗ੍ਰਾਫੀ ਤੇ ਮਾਡਰਨ ਡਾਂਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਇਸ ਸਕੂਲ ਦੀਆਂ ਲੜਕੀਆਂ ਨੇ ਇਹਨਾਂ ਬੱਚਿਆਂ ਦਾ ਸਨਮਾਨ ਹੈ ਮੇਰੀ ਬੱਚਿਆਂ ਨੂੰ ਬੇਨਤੀ ਹੈ ਸਟੇਜ ਦੇ ਸਾਹਮਣੇ ਆ ਜਾਣ ਇਹਨਾਂ ਦਾ ਸਨਮਾਨ ਕਰਨ ਜਾ ਰਹੇ ਨੇ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਸਰਪੰਚ ਪ੍ਰਕਾਸ਼ ਸਿੰਘ ਸੁਖਵਿੰਦਰ ਸਿੰਘ ਧਾਲੀਵਾਲ ਬਿੱਟੂ ਗਿਰ ਪੰਚ ਮੁਖਤਿਆਰ ਸਿੰਘ ਪੰਚ ਜਸਵਿੰਦਰ ਜੀ ਤੂਰ ਸਾਹਿਬ ਸਰਬਜੀਤ ਸਿੰਘ ਗਿੱਲ ਸਾਬਕਾ ਸਰਪੰਚ ਮੱਗਰ ਸਿੰਘ ਸਾਬਕਾ ਸਰਪੰਚ ਹਰਿੰਦਰਜੀਤ ਸਿੰਘ ਢਿੱਲੋਂ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਇਹਨਾਂ ਬੱਚਿਆਂ ਦਾ ਸਨਮਾਨ ਕਰਨ ਜਾ ਰਹੀਆਂ ਨੇ ਕਿਉਂਕਿ ਕੌਮੀ ਤੇ ਬਲਾਕ ਪੱਧਰ ਤੇ ਇਹਨਾਂ ਨੇ ਕਬੱਡੀ ਤੇ ਕੋਰੀਓਗ੍ਰਾਫੀ ਤੇ ਮਾਡਰਨ ਡਾਂਸ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਪ੍ਰਾਪਤੀਆਂ ਦੇ ਬਦਲੇ ਇੱਕ ਜਿੱਥੇ ਜਿੱਥੇ ਵੀ ਸੰਗਤ ਬੈਠੀ ਹੈ ਜ਼ੋਰਦਾਰ ਤਾੜੀਆਂ ਮਾਰ ਕੇ ਇਹਨਾਂ ਬੱਚਿਆਂ ਦਾ ਹੌਸਲਾ ਜ਼ਰੂਰ ਵਧਾਓ ਕਿਉਂਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਦੇਖੋ ਉੜੀਸਾ ਕਿੱਥੇ ਹੈ ਇੰਡੀਆ ਦੀ ਸਟੇਟ ਹੈ ਜਿਹੜੀ ਭੁਵਨੇਸ਼ਵਰ ਵਿੱਚ ਮੁਕਾਬਲੇ ਹੋਏ ਬਿਲਕੁਲ ਛੋਟੀਆਂ ਛੋਟੀਆਂ ਬੱਚੀਆਂ ਨੇ ਸਟੇਜ ਵੱਲ ਇੱਕ ਵਾਰ ਨਿਗਾਹ ਮਾਰੋ ਸਾਰੇ ਜਾਣੇ ਦੇਖੋ ਕੀ ਉਮਰ ਹੈ ਇਹਨਾਂ ਦੀ ਪ੍ਰਾਪਤੀਆਂ ਕਿੱਡੀਆਂ ਨੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਇਸੇ ਤਰ੍ਹਾਂ ਮਿਹਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਕੂਲ ਦਾ ਇਸ ਲੱਚੀਆਂ ਇਸੇ ਤਰ੍ਹਾਂ ਨਾਮ ਜਿਹੜਾ ਉੱਚਾ ਕਰਦੀਆਂ ਰਹਿਣ ਪ੍ਰਧਾਨ ਗਗਨ ਧਾਲੀਵਾਲ ਸਰਪੰਚ ਪ੍ਰਕਾਸ਼ ਸਿੰਘ ਜੀ ਸੁਖਵਿੰਦਰ ਧਾਲੀਵਾਲ ਜੀ
ਵਿੱਟੂ ਗਿਰ ਪੰਚ ਮੁਖਤਿਆਰ ਸਿੰਘ ਜੀ ਪੰਚ ਜਸਵਿੰਦਰ ਸਿੰਘ ਤੂਰ ਸਰਜੀਤ ਸਿੰਘ ਗਿੱਲ ਸਾਬਕਾ ਸਰਪੰਚ ਮੱਗਰ ਸਿੰਘ ਸਾਬਕਾ ਸਰਪੰਚ ਰਿੰਦਰਜੀਤ ਸਿੰਘ ਢਿੱਲੋਂ ਇਹ ਸਾਰੇ ਸਤਿਕਾਰਯੋਗ ਵੀਰ ਇਹਨਾਂ ਬੱਚਿਆਂ ਦਾ ਸਨਮਾਨ ਕਰਦੇ ਹੋਏ ਮਾਈਕ ਓਵਰ ਟੂ ਗਰਾਊਂਡ ਮੈਂ ਮੁਕਾਬਲੇ ਜਿਹੜੇ ਸ਼ੁਰੂ ਹੋਣ ਜਾ ਰਹੇ ਹੈ ਬਾਬਾ ਨਰਾਇਣ ਦਾਸ ਕਲੱਬ ਮੀਨੀਆਂ ਤੇ ਅਖਾੜਾ ਚੱਲਦੇ ਮੁਕਾਬਲੇ ਦੇ ਵਿੱਚੋਂ ਟੀਮ ਜਿਹੜੀ ਠੀਕ ਹੈ ਜੀ ਨਹੀਂ ਜੀ ਬਾਬਾ ਨਰਾਇਣ ਦਾਸ ਕਲੱਬ ਮੀਨੀਆਂ ਤੇ ਅਖਾੜਾ ਅਖਾੜੇ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਮੀਨੀਆਂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪਹੁੰਚੀ ਹੋਈ ਹੈ ਅਖਾੜੇ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੇ ਅਖਾੜੇ ਦੀ ਟੀਮ ਬਾਬਾ ਨਰਾਇਣ ਦਾਸ ਕਲੱਬ ਮੀਨੀਆਂ ਵਰਸੀ ਅਖਾੜਾ ਲੰਬੀ ਛਾਲ 100 ਮੀਟਰ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਉਹਨਾਂ ਬੱਚਿਆਂ ਨੇ 400 ਮੀਟਰ ਦੇ ਵਿੱਚ ਪਹਿਲਾ ਸਥਾਨ ਰਿਲੇਅ ਰੇਸ ਦੇ ਵਿੱਚ ਦੂਸਰਾ ਸਥਾਨ ਬਲਾਕ ਪੱਧਰ ਤੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਇਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਕੌਮੀ ਪੱਧਰ ਤੇ ਜਿਸ ਤਰ੍ਹਾਂ ਕੋਰੀਓਗ੍ਰਾਫੀ ਤੇ ਮਾਡਰਨ ਡਾਂਸ ਦੇ ਵਿੱਚ ਤੇ ਬਲਾਕ ਪੱਧਰ ਤੇ ਕਬੱਡੀ ਦੇ ਵਿੱਚ ਲੜਕੀਆਂ ਨੇ ਦੂਜਾ ਸਥਾਨ ਹਾਸਲ ਕੀਤਾ ਸੋ ਇਹਨਾਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਦਾ ਇਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਸਾਡੀ ਪੂਰੀ ਪ੍ਰਬੰਧਕੀ ਕਮੇਟੀ ਦੀ ਤਰਫ ਤੋਂ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਸਰਪੰਚ ਪ੍ਰਕਾਸ਼ ਸਿੰਘ ਜੀ ਮਾਨਯੋਗ ਬਾਈ ਸੁਖਵਿੰਦਰ ਸਿੰਘ ਧਾਲੀਵਾਲ ਬਿੱਟੂ ਗਿਰ ਪੰਚ ਮੁਖਤਿਆਰ ਸਿੰਘ ਜੀ ਪੰਚ ਜਸਵਿੰਦਰ ਸਿੰਘ ਤੂਰ ਸਰਜੀਤ ਸਿੰਘ ਗਿੱਲ ਸਾਬਕਾ ਸਰਪੰਚ ਮੱਗਰ ਸਿੰਘ ਸਾਬਕਾ ਸਰਪੰਚ ਰਿੰਦਰਜੀਤ ਸਿੰਘ ਢਿੱਲੋਂ ਔਰ ਬਾਈ ਪ੍ਰੀਤੋਰੀ ਸਾਰੀਆਂ ਸਤਿਕਾਰਯੋਗ ਸ਼ਖੀਤਾਂ ਇਹਨਾਂ ਬੱਚਿਆਂ ਦਾ ਸਨਮਾਨ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀਆਂ ਸਤਿਕਾਰਯੋਗ ਸ਼ਖੀਤਾਂ ਦਾ ਸ਼ੁਕਰੀਆ ਪਰਮਾਤਮਾ ਹਾਂਜੀ ਜਿਹੜੀਆਂ ਸਤਿਕਾਰਯੋਗ ਸ਼ਖੀਤਾਂ ਸਨਮਾਨ ਕਰ ਰਹੀਆਂ ਨੇ ਹਾਕੀ ਦੇ ਗਰਾਊਂਡ ਦੇ ਵਿੱਚ ਟੀਮਾਂ ਨਾਲ ਜਾਣ ਪਹਿਚਾਣ ਕਰਨ ਦੇ ਲਈ ਤੁਸੀਂ ਇਸੇ ਤਰ੍ਹਾਂ ਹੀ ਚਲੇ ਜਾਓਗੇ ਸਾਡੀ ਬੇਨਤੀ ਹੈ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ ਸਾਹਿਬ ਸਰਪੰਚ ਪ੍ਰਕਾਸ਼ ਸਿੰਘ ਜੀ ਸੁਖਵਿੰਦਰ ਸਿੰਘ ਧਾਲੀਵਾਲ ਬਿੱਟੂ ਗਿਰ ਪੰਚ ਮੁਖਤਿਆਰ ਸਿੰਘ ਜੀ ਪੰਚ ਜਸਵਿੰਦਰ ਸਿੰਘ ਤੂਰ ਸਰਬਜੀਤ ਸਿੰਘ ਗਿੱਲ ਸਾਬਕਾ ਸਰਪੰਚ ਮੱਗਰ ਸਿੰਘ ਸਰਪੰਚ ਹਰਿੰਦਰਜੀਤ ਸਿੰਘ ਢਿੱਲੋਂ ਬਾਈ ਪ੍ਰੀਤੋਰੀ ਸਰਦਾਰ ਕਰਨੈਲ ਸਿੰਘ ਜੀ ਥਾਣੇਦਾਰ ਸਾਹਿਬ ਇਹ ਸਾਰੀਆਂ ਸਤਿਕਾਰਯੋਗ ਸ਼ਖੀਤਾਂ ਹਾਕੀ ਦੇ ਗਰਾਊਂਡ ਦੇ ਵਿੱਚ ਉਹਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨ ਜਾ ਰਹੀਆਂ ਨੇ ਹਾਂਜੀ ਬਿੱਟੂ ਜੀ ਮੀਨੀਆਂ ਦੀ ਟੀਮ ਜਿਹੜੀ ਜਿੱਤੂ ਹੈ ਜੀ ਇਸ ਮੈਚ ਦੇ ਵਿੱਚੋਂ ਮੀਨੀਆਂ ਦੀ ਟੀਮ ਜਿਹੜੀ ਜਿੱਤ ਗਈ ਬੁੱਗੀਪੁਰਾ ਤੇ ਬਾਬਾ ਜਾਹਰ ਵਾਲੀ ਕਲੱਬ ਵੱਧੋ ਆ ਬਾਈ ਸਨੀ ਗੱਲ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਹਾਕੀ ਦੇ ਗਰਾਊਂਡ ਵੱਲ ਸੋਹਣ ਸਿੰਘ ਜੀ ਗਰੇਵਾਲ ਹੈਪੀ ਪੰਚ ਜੀ ਬਾਈ ਤੁਸੀਂ ਸਾਰੇ ਹਾਕੀ ਦੀਆਂ ਟੀਮਾਂ ਲਾਈਨ ਅਪ ਹੋ ਜਾਣ ਜੀ ਬੁੱਗੀਪੁਰਾ ਤੇ ਬਾਬਾ ਜਾਹਰ ਵਾਲੀ ਕਲੱਬ ਵੱਧੋਵਾਲ ਦਾ ਜਿਹੜਾ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਮੇਰੀ ਬੇਨਤੀ ਹੈ ਦੋਵੇਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਮੈਦਾਨ ਦੇ ਵੱਲ ਆ ਜਾਣ ਨਾਲ ਬਿੱਟੂ ਚੱਕ ਜੀ ਬਿੱਟੂ ਚੱਕ ਭਾਈਕੇ ਵਾਲਾ ਉਹ ਵੀਰ ਵੀ ਗਰਾਊਂਡ ਦੇ ਚੱਕ ਲਈਏ ਸਵਾਬਾ ਲਈ ਆ ਜਾਵੇ ਛੋਟਾ ਅਮਲਾ ਲੋਪੋ ਵਾਲਾ ਸਾਡਾ ਵੀਰ ਉਹ ਜਿੱਥੇ ਵਾਸ ਹੁੰਦਾ ਉਹ ਗਰਾਊਂਡ ਦੇ ਵਿੱਚ ਆ ਜਾਵੇ ਵੱਧੋਵਾਲ ਦੀ ਟੀਮ ਜਿਹੜੀ ਆ ਗਈ ਹੈ ਬੁੱਗੀਪੁਰਾ ਦਾ ਮੈਚ ਹੋਏਗਾ ਜਿਹੜੀਆਂ ਵੀ ਟੀਮਾਂ ਨੂੰ ਅਸੀਂ ਕਾਲ ਕਰਦੇ ਹਾਂ ਕਿਰਪਾ ਕਰਕੇ ਜਲਦੀ ਨਾਲ ਜਿਹੜੀ ਆ ਜਾਇਆ ਕਰੋ ਛੋਟਾ ਆਮਨਾ ਸਾਡਾ ਵੀਰ ਉਸ ਵੀਰ ਨੂੰ ਬੇਨਤੀ ਹੈ ਜਾਂ ਬਿੱਲਾ ਲਲ ਤੋਂ ਜੀ ਉਹ ਗਰਾਊਂਡ ਦੇ ਵਿੱਚ ਪਹੁੰਚ ਜਾਣ ਜੀ ਓਕੇ ਜੀ ਹੈਲੋ ਬੱਬੂ ਨੂਰਪੁਰਾ ਸਾਡਾ ਵੀਰ ਸਟੇਜ ਤੇ ਪਹੁੰਚ ਜਾਵੇ ਜੀ ਬੇਨਤੀ ਹੈ ਬਾਈ ਬੱਬੂ ਨੂਰਪੁਰਾ ਜੀ ਨੂੰ ਹੈਲੋ ਉਹ
ਉਧਰ ਹਾਕੀ ਦੇ ਗਰਾਊਂਡ ਦੇ ਵਿੱਚ ਸਾਡੀਆਂ ਸਤਿਕਾਰਯੋਗ ਸ਼ਖਸੀਅਤਾਂ ਪ੍ਰਧਾਨ ਗਗਨਦੀਪ ਸਿੰਘ ਢਾਲੀਵਾਲ ਸਰਪੰਚ ਪ੍ਰਕਾਸ਼ ਸਿੰਘ ਜੀ ਸੁਖਵਿੰਦਰ ਸਿੰਘ ਢਾਲੀਵਾਲ ਵਿੱਟੂ ਗਿਰ ਪੰਚ ਮੁਖਤਿਆਰ ਸਿੰਘ ਜੀ ਪੰਚ ਜਸਵਿੰਦਰ ਸਿੰਘ ਤੂਰ ਸਰਬਜੀਤ ਸਿੰਘ ਗਿੱਲ ਸਾਬਕਾ ਸਰਪੰਚ ਮੱਗਰ ਸਿੰਘ ਸਾਬਕਾ ਸਰਪੰਚ ਹਰਿੰਦਰਜੀਤ ਸਿੰਘ ਜੀ ਉਹਨਾਂ ਦੇ ਨਾਲ ਪ੍ਰੀਤਮ ਗਿਰ ਤੇ ਥਾਣੇਦਾਰ ਕਰਨੈਲ ਸਿੰਘ ਜੀ ਹੈਪੀ ਪੰਚੂਰੀ ਸ਼ਿੰਦੀ ਗਰੇਵਾਲ ਇਹ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦੇ ਸਮੁੱਚੇ ਕਲੱਬ ਦੇ ਮੈਂਬਰ ਸਾਹਿਬਾਨ ਮਾਨਯੋਗ ਮਾਸਟਰ ਗੁਰਪ੍ਰੀਤ ਸਿੰਘ ਜੀ ਇਹਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਦੇ ਹੋਏ ਸਨੀ ਗਿੱਲ ਉਹ ਵੀ ਸਾਡੇ ਵੀਰ ਉੱਧਰ ਆਪਣੀ ਹਾਜ਼ਰੀ ਲਵਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਮਾਈਕ ਓਵਰ ਟੂ ਗਰਾਊਂਡ ਭਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਏ ਇੱਥੇ ਮੇਲਿਆਂ ਚਾਮਾ ਦੀ ਕਰੀਤ ਪੁਰਾਣੀ ਏ ਕਿ ਭਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਏ ਇੱਥੇ ਮੇਲੇ ਚਾਮਾ ਦੀ ਕਰੀਤ ਪੁਰਾਣੀ ਏ ਮਾਲਵੇ ਦੀ ਇਹ ਧਰਤੀ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਬੁਰਜਰੀ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਅੱਜ ਇਹਨਾਂ ਖੇਡ ਮੈਦਾਨਾਂ ਵਿੱਚ 15ਵਾਂ ਸ਼ਾਨਦਾਰ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਸਾਰੇ NRI ਵੀਰਾਂ ਦੇ ਸਹਿਯੋਗ ਸਾਰੇ ਜਿੰਨੇ ਵੀ ਸਾਡੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਹੋ ਰਿਹਾ ਆਪਾਂ ਸਾਰੇ ਦਾਨੀ ਵੀਰਾਂ ਦਾ ਵੱਡਾ ਧੰਨਵਾਦ ਕਰਦੇ ਹਾਂ ਕਬੱਡੀ ਦਾ ਖੇਡਿਆ ਹੋਇਆ ਗੁਲਾਬ ਬੁਰਜਰੀ ਸਿੰਘ ਦੀਆਂ ਖੇਡ ਮੈਦਾਨਾਂ ਦੇ ਵਿੱਚ ਕਬੱਡੀ ਓਪਨ ਦੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ ਬੁੱਗੀਪੁਰੇ ਦੀ ਟੀਮ ਮੇਨ ਸਟੇਜ ਵਾਲੇ ਪਾਸੇ ਹੈ ਤੇ ਦੂਸਰੀ ਟੀਮ ਜਿਹੜੀ ਬਾਬਾ ਜ਼ਹਿਰ ਵਾਲੀ ਕਲੱਬ ਬੱਦੋਵਾਲ ਜ਼ਿਲ੍ਹੇ ਲੁਧਿਆਣੇ ਦੀ ਟੀਮ ਹੈ ਔਰ ਦੂਸਰੇ ਪਾਸੇ ਟੀਮ ਬੁੱਗੀਪੁਰਾ ਜ਼ਿਲ੍ਹੇ ਮੋਗੇ ਦੀ ਟੀਮ ਹੈ ਕਿ ਆ ਗਏ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰੋ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਕਬੱਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜਿਸ਼ ਕਬੱਡੀ ਦਾ ਕਬੱਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜਿਸ਼ ਕਬੱਡੀ ਦਾ ਮੇਰੀ ਬੇਨਤੀ ਕਬੱਡੀ ਓਪਨ ਦੀਆਂ ਟੀਮਾਂ ਉਸ ਤੋਂ ਬਾਅਦ ਜਗਰਾਓ ਤੇ ਮਲਕ ਪੰਜ ਗਰਾਈ ਤੇ ਮਸਕੀਆਣਾ ਮੁੱਲਾਪੁਰ ਜੰਡਸਰ ਜੱਟਪੁਰਾ ਤੇ ਹਿੰਮਤਪੁਰਾ ਟੀਮਾਂ ਜੋਧਪੁਰ ਚੂੜ ਚੱਕ ਤੇ ਸਿੱਧਸਰ ਨਿਮਾਜਪੁਰਾ ਭਲੌਰ ਤੇ ਕਾਲਸਾ ਝੋੜਾ ਤੇ ਜੰਡਸਰ ਠੁੱਲੀਵਾਲ ਸੇਖਾ ਤੇ ਪਤੋਹੀਰਾ ਸਿੰਘ ਵਿਧਾਤਾ ਵਰਸੀ ਕਲਸੀਆਂ ਖੰਡੂਰ ਤੇ ਅੰਬੀ ਕਲੱਬ ਠੂਰ ਦੁਰਬਾ ਮੰਡੀ ਤੇ ਗਹਿਲਾ ਅਕਾਲਸਰ ਮੋਗਾ ਤੇ ਖਾਈ ਇਹਨਾਂ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਇਹ ਸਾਰੀਆਂ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਲਾਗੇ ਪਹੁੰਚਣਗੀਆਂ ਜਗਰਾਓ ਤੇ ਮਲਕ ਦੀਆਂ ਟੀਮਾਂ ਜਲਦੀ ਖੇਡ ਮੈਦਾਨ ਦੇ ਲਾਗੇ ਪਹੁੰਚਣ ਜਗਰਾਓ ਤੇ ਮਲਕ ਕਿਸੇ ਵੀ ਟੀਮ ਦਾ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਵੇਗਾ ਇਹ ਸਾਰੀਆਂ ਟੀਮਾਂ ਦੇ ਪਲੇਅਰ ਨੋਟ ਕਰ ਲੈਣ ਕਿਸੇ ਵੀ ਟੀਮ ਦਾ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਣਾ ਨਾ ਹੀ ਕਿਸੇ ਟੀਮ ਦਾ ਮੈਚ ਅਸੀਂ ਲੇਟ ਕਰਨਾ ਨਾ ਅੱਗੇ ਪਿੱਛੇ ਨਾ ਹੀ ਕਿਸੇ ਟੀਮ ਦਾ ਅਸੀਂ ਇੰਤਜ਼ਾਰ ਕਰਾਂਗੇ ਇਹ ਸਾਰੀਆਂ ਟੀਮਾਂ ਦੇ ਪਲੇਅਰ ਨੋਟ ਕਰ ਲੈਣ ਜਗਰਾਓ ਤੇ ਮਲਕ ਦੀਆਂ ਟੀਮਾਂ ਖੇਡ ਮੈਦਾਨ ਦੇ ਲਾਗੇ ਅਜੇ ਨਹੀਂ ਪੁੱਜੀਆਂ ਸਾਡੀ ਬੇਨਤੀ ਹੈ ਜਗਰਾਓ ਤੇ ਮਲਕ ਪੰਜ ਗ੍ਰਾਈ ਤੋਂ ਮਸਕੀਆਣਾ ਮੁੱਲਾਪੁਰ ਜੰਡਸਰ ਜੱਟਪੁਰਾ ਤੋਂ ਹਿੰਮਤਪੁਰਾ ਦੌਦਰ ਤੇ ਚੀਮਾ ਜੋਧਪੁਰ ਇਹਨਾਂ ਸਾਰੀਆਂ ਟੀਮਾਂ ਨੂੰ ਬੇਨਤੀ ਜਗਰਾਓ ਤੇ ਮਲਕ ਜਲਦੀ ਨਾਲ ਟੀਮਾਂ ਗਰਾਊਂਡ ਦੇ ਲਾਗੇ ਪੁੱਜਣ ਲਾ ਬੁੱਗੀਪੁਰਾ ਪਿੰਡ ਇਸ ਨੌਜਵਾਨ ਦਾ ਤੇ ਥਾਣਾ ਨਾਮ ਹੈ ਸ਼ੇਰੇ ਬੁੱਗੀਪੁਰੇ ਦਾ ਪਿੰਡ ਮੇਰੇ ਵੀਰੋ ਜਿਸ ਨੌਜਵਾਨ ਨੇ ਕੋਸ਼ਿਸ਼ ਕੀਤੀ ਹੈ ਪਰ ਅੰਕ ਬੱਦੋ ਵਾਲੀ ਖਿਡਾਰੀ ਆਪਣੀ ਟੀਮ ਦੇ ਸੇ ਬਜ਼ੁਰਗ ਗਿਆ ਕਿ ਲਾਠੀਆਂ ਦੀ ਭੁੱਖ ਦੇਖ ਗੁੰਦੇ ਸਰੀਰਾਂ ਨੂੰ ਚੁੰਮਦੀ ਹੈ ਜਿੱਤ ਪਰ ਆਣ ਕੇ ਅਖੀਰਾਂ ਨੂੰ ਵੇਟ ਮਾਰਦੇ ਜਿੰਨਾ ਦੇ ਵਿੱਚ ਜਾ ਕੇ ਤੇ ਹੁਣ ਮਜ਼ਬੂਤ ਅੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦਿਆਂ ਮੱਲਾਂ ਵੱਡੀਆਂ ਕਰਦੇ ਮਿਹਨਤਾਂ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦਿਆਂ ਮੱਲਾਂ ਵੱਡੀਆਂ ਵੱਡੀਆਂ ਮੱਲਾਂ ਤੇ ਜ਼ੋਰ ਖੇਡ ਮੈਦਾਨ ਵਿੱਚ ਲੱਗ ਰਿਹਾ ਔਰ ਪੁਆਇੰਟ ਜਿਹੜਾ ਟੀਮ ਦੇ ਹਿੱਸੇ ਤੇ ਜ਼ੋਰ ਦਿੱਤਾ ਹੈ ਜਗਰਾਓ ਤੇ ਮਲਕ ਦੀਆਂ ਟੀਮਾਂ ਨੂੰ ਫਿਰ ਬੇਨਤੀ ਜਗਰਾਓ ਤੇ ਮਲਕ ਜਗਰਾਓ ਤੇ ਮਲਕ ਦੀਆਂ ਟੀਮਾਂ ਜਲਦੀ ਪੁੱਜਣ ਪੰਜ ਗ੍ਰਾਈ ਤੇ ਮਸਕੀਆਣਾ ਮੁੱਲਾਪੁਰ ਜੰਡਸਰ ਜੱਟਪੁਰਾ ਤੇ ਹਿੰਮਤਪੁਰਾ ਇਹਨਾਂ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਇੱਧਰ ਮਨੀ ਤੋੜ ਤੇ ਨਾਲ ਫੌਜੀ ਭੈਣੀ ਵਾਲਾ ਰਲ ਮਿਲ ਕੇ ਇਸ਼ਾਰੇ ਕਰ ਰਹੇ ਹੈ ਅੱਜ ਦੇ ਇਸ ਕਬੱਡੀ ਕੱਪ ਨੂੰ ਲਾਈਵ ਜਿਹੜਾ ਕਬੱਡੀ 365.com ਦੁਨੀਆ ਭਰ ਦੇ ਵਿੱਚ ਦਿਖਾਈ ਜਾ ਰਹੀ ਹੈ ਕਬੱਡੀ 365.com ਅੱਜ ਦੇ ਇਸ ਕਬੱਡੀ ਕੱਪ ਨੂੰ ਲਾਈਵ ਕਰ ਰਹੀ ਹੈ ਜਗਰਾਓ ਤੇ ਮਲਕ ਦੀਆਂ ਟੀਮਾਂ ਨੂੰ ਬੇਨਤੀ ਹੈ ਜਗਰਾਓ ਤੇ ਮਲਕ
ਪੰਜ ਗ੍ਰਾਈ ਤੇ ਮਸਕੀਆਂ ਦਾ ਮੁੱਲਾਪੁਰ ਜੰਡਸਰ ਜੱਟਪੁਰਾ ਤੇ ਹਿੰਮਤਪੁਰਾ ਸਾਰੀਆਂ ਟੀਮਾਂ ਜਲਦੀ ਪੁੱਜਣ ਜਗਰਾਓ ਤੇ ਮਲਕ ਦੀਆਂ ਟੀਮਾਂ ਹੈਲੋ ਹਾਂਜੀ ਲੋਕ ਜੀ 365 ਵਾਲੇ ਬਾਈ ਧਿਆਨ ਦੇਣ ਤੁਹਾਡੇ ਕੋਲੇ ਬੱਚਿਆਂ ਦੀਆਂ ਦੋ ਟੀਮਾਂ ਜਾ ਰਹੀਆਂ ਨੇ ਜਿਹੜੇ ਬੱਚਿਆਂ ਨੇ ਨੈਸ਼ਨਲ ਤੇ ਸਟੇਟ ਲੈਵਲ ਤੇ ਅਵਾਰਡ ਜਿੱਤੇ ਨੇ ਇਹਨਾਂ ਨੂੰ ਜ਼ਰੂਰ ਇੱਕ ਵਾਰ ਕੈਮਰੇ ਦੇ ਵਿੱਚ ਲੈ ਲਿਓ ਪਲੀਜ਼ ਇਹ ਬੱਚਿਆਂ ਦੀਆਂ ਜਿਹੜੀਆਂ ਦੋ ਕਤਾਰਾਂ ਜਾ ਰਹੀਆਂ ਨੇ ਇਹਨਾਂ ਬੱਚਿਆਂ ਨੂੰ 365 ਤੇ ਇੱਕ ਵਾਰ ਜ਼ਰੂਰ ਦਿਖਾ ਦਿਓ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਨੈਸ਼ਨਲ ਤੇ ਸਟੇਟ ਲੈਵਲ ਤੇ ਆਪਣੇ ਅਧਿਆਪਕਾਂ ਦੀ ਰਹਿਨਵਾਈ ਦੇ ਹੇਠ ਇਸ ਨਗਰ ਦਾ ਇਸ ਸਕੂਲ ਦਾ ਨਾਮ ਪੂਰੇ ਵਿਸ਼ਵ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਉੱਚਾ ਕੀਤਾ ਹੈ ਮਾਸਟਰ ਜੀ ਸੰਧੂ ਸਾਹਿਬ ਦਾ ਜਿੱਥੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾਣਾ ਹੈ ਉਹਨਾਂ ਨੇ ਵੀ ਸਟੇਟ ਤੇ ਨੈਸ਼ਨਲ ਲੈਵਲ ਤੇ ਅਵਾਰਡ ਜਿੱਤੇ ਨੇ ਅਸੀਂ ਉਹ ਵੀ ਅੱਜ ਮਾਣ ਮਹਿਸੂਸ ਕਰਾਂਗੇ ਉਹਨਾਂ ਨੂੰ ਸਨਮਾਨ ਕਰਨ ਦਾ ਮਾਈਕ ਓਵਰ ਟੂ ਅਮਨ ਜੀ ਇਸ ਚੱਲਦੇ ਮੁਕਾਬਲੇ ਦੇ ਵਿੱਚ ਬੱਦੋਵਾਲ ਦੀ ਟੀਮ ਜਿਹੜੀ ਜਿੱਤ ਰਹੀ ਹੈ ਬਾਬਾ ਜ਼ਹਿਰ ਬਲੀ ਕਲੱਬ ਬੱਦੋਵਾਲ ਸਾਡੇ ਪ੍ਰਬੰਧਕ ਵੀਰ ਨੋਟ ਕਰ ਲੈਣਗੇ ਬਾਬਾ ਜ਼ਹਿਰ ਬਲੀ ਕਬੱਡੀ ਕਲੱਬ ਬੱਦੋਵਾਲ ਦੀ ਟੀਮ ਜਿਹੜੀ ਇਸ ਚੱਲਦੇ ਮੁਕਾਬਲੇ ਦੀ ਜੇਤੂ ਟੀਮ ਹੈ ਆਓ ਜੀ ਜਗਰਾਓ ਤੇ ਮਲਕ ਜਗਰਾਓ ਤੇ ਮਲਕ ਦੀਆਂ ਟੀਮਾਂ ਜਗਰਾਓ ਤੇ ਮਲਕ ਜਗਰਾਓ ਤੇ ਮਲਕ ਜਗਰਾਓ ਤੇ ਮਲਕ ਪੰਜ ਗ੍ਰਾਈ ਵਰਸੇ ਮਸਕੀਆਣਾ ਮੁੱਲਾਪੁਰ ਜਗਰਾਓ ਤੇ ਮੁੱਲਾਪੁਰ ਜਗਰਾਓ ਤੇ ਮੁੱਲਾਪੁਰ ਦੀਆਂ ਟੀਮਾਂ ਨੂੰ ਫਿਰ ਬੇਨਤੀ ਹੈ ਗਰਾਊਂਡ ਖਾਲੀ ਹੈ ਟੀਮਾਂ ਸਾਡੀਆਂ ਜਲਦੀ ਖੇਡ ਮੈਦਾਨ ਦੇ ਲੱਗੇ ਪੁੱਜਣ ਬਹੁਤ ਮਾਣਯੋਗ ਸਰਦਾਰ ਬਲਵਿੰਦਰ ਸਿੰਘ ਜੀ ਧਾਲੀਵਾਲ ਕੈਨੇਡਾ ਤੋਂ ਤਲਵੰਡੀ ਰਾਏ ਵਾਲੀ ਉਹ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਧਾਲੀਵਾਲ ਸਾਹਿਬ ਨੂੰ ਸਾਡੀ ਬੇਨਤੀ ਹੈ ਜੀ ਉਹ ਸਟੇਜ ਤੇ ਜ਼ਰੂਰ ਪਹੁੰਚ ਜਾਣ ਸਰਦਾਰ ਬਲਵਿੰਦਰ ਸਿੰਘ ਜੀ ਧਾਲੀਵਾਲ ਤਲਵੰਡੀ ਰਾਏ ਵਾਲੀ ਜੋ ਚੇਚੇ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਹੈਪੀ ਪੰਚ ਜੂਨੀ ਬਾਈ ਗਗਨ ਧਾਲੀਵਾਲ ਜੀ ਪੂਰੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਟੇਜ ਤੇ ਆਉਣ ਲਈ ਸੱਦਾ ਦੇ ਰਹੀ ਹੈ ਪਲੀਜ਼ ਉਹ ਸਟੇਜ ਤੇ ਆ ਕੇ ਵਿਰਾਜਮਾਨ ਹੋ ਜਾਣ ਜਗਰਾਓ ਤੇ ਮਲਕ ਦੋਨੋਂ ਟੀਮਾਂ ਨੂੰ ਬੇਨਤੀ ਹੈ ਜਗਰਾਓ ਤੇ ਮਲਕ ਗਰਾਊਂਡ ਖਾਲੀ ਹੈ ਟੀਮਾਂ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਜਗਰਾਓ ਤੇ ਮਲਕ ਟੀਮਾਂ ਸਾਡੀ ਬੇਨਤੀ ਜਗਰਾਓ ਤੇ ਮਲਕ ਇੱਕ ਮਿੰਟ ਆ ਦੋਨੇ ਟੀਮਾਂ ਨੂੰ ਨਹੀਂ ਟੀਮਾਂ ਅਸੀਂ ਸਕ੍ਰੈਚ ਕਰਨ ਤੋਂ ਮਜਬੂਰ ਹੋਵਾਂਗੇ ਪਹਿਲਾਂ ਵੀ ਅਨਾਊਂਸ ਕੀਤਾ ਸੀਗਾ ਵੀ ਕਿਸੇ ਟੀਮ ਦਾ ਅਸੀਂ ਕੋਈ ਇੰਤਜ਼ਾਰ ਨਹੀਂ ਕਰਨਾ ਕਾਫੀ ਦੇਰ ਤੋਂ ਟੀਮਾਂ ਨੂੰ ਬਾਜਾ ਮਾਰ ਰਹੇ ਹੈ ਜਗਰਾਓ ਤੇ ਮਲਕ ਪੰਜ ਗ੍ਰਾਈ ਤੇ ਮਸਕੀਆਣਾ ਮੁੱਲਾਪੁਰ ਜੰਡਸਰ ਜੱਟਪੁਰਾ ਤੇ ਹਿੰਮਤਪੁਰਾ ਦੌਦਰ ਤੇ ਚੀਮਾ ਜੋਧਪੁਰ ਚੂਰ ਚੱਕ ਤੇ ਸਿੱਧਸਰ ਨਮਾਜ਼ੀਪੁਰਾ ਭਲੋਰ ਤੇ ਕਾਲਸਾ ਜਗਰਾਓ ਤੇ ਮਲਕ ਦੀ ਟੀਮ ਜਗਰਾਓ ਤੇ ਮਲਕ ਦੀ ਟੀਮ ਨੂੰ ਸਾਡੀ ਫਿਰ ਬੇਨਤੀ ਹੈ ਗਰਾਊਂਡ ਖਾਲੀ ਹੈ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਜਗਰਾਓ ਤੇ ਮਲਕ ਹੈਲੋ ਮਾਨਯੋਗ ਡਾਕਟਰ